ਪਟਿਆਲਾ ਤੋਂ ਆਪ ਪਾਰਟੀ ਦੇ ਸਾਂਸਦ ਧਰਮਵੀਰ ਗਾਂਧੀ ਨੇ ਮੋਦੀ ਸਰਕਾਰ ਤੇ ਹਮਲਾ ਬੋਲਦਿਆਂ ਕਿਹਾ ਕਿ ਮੋਦੀ ਸਰਕਾਰ ਦੇ 4 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਦਾ ਕੋਈ ਵਿਕਾਸ ਨਹੀਂ ਹੋਇਆ ਅਤੇ ਮੋਦੀ ਸਰਕਾਰ ਹਰ ਪੱਖ ਤੋਂ ਫੇਲ ਰਹੀ ਹੈ। ਉਹਨਾਂ ਕਿਹਾ ਕਿ ਮੋਦੀ ਸਰਕਾਰ ਨੇ ਸਿਰਫ ਦੇਸ਼ ਨੂੰ ਧਰਮ ਤੇ ਜਾਤ ਦੇ ਆਧਾਰ ਤੇ ਵੰਡਣ ਦਾ ਕੰਮ ਕੀਤਾ ਹੈ ਅਤੇ ਉਹਨਾਂ ਕਿਹਾ ਕਿ ਮੋਦੀ ਦਾ ਨਾਰਾ ਸਭ ਦਾ ਸਾਥ ਸਭ ਦਾ ਵਿਕਾਸ ਸਿਰਫ ਨਾਰਾ ਹੀ ਸਾਬਤ ਹੋਇਆ। ਦੇਖੀਏ ਮੋਦੀ ਸਾਹਿਬ ਜਿਸ ਜੋ ਵਾਅਦੇ ਕਰਕੇ ਜੋ ਦਾਅਵੇ ਕਰਕੇ ਦੇਸ਼ ਪੇ ਸੱਤਾ ਪੇ ਆਸੀਨ ਹੋਏ ਥੇ ਔਰ ਜੋ ਉਨਸੇ ਉਮੀਦੇਂ ਥੀ ਔਰ ਜਿਸ ਤਰ੍ਹਾਂ 4 ਸਾਲ ਕੀ ਪਰਫਾਰਮੈਂਸ ਰਹੀ ਹੈ ਜੋ ਆਸ਼ਾ ਥੀ ਕਿ ਜੋ ਦੇਸ਼ ਭ੍ਰਿਸ਼ਟਾਚਾਰ ਮੇਂ ਡੁੱਬਾ ਹੁਆ ਥਾ ਕਾਂਗਰਸ ਕੇ ਸ਼ਾਸਨ ਮੇਂ ਔਰ ਜੋ ਕਾਨੂੰਨ ਵਿਵਸਥਾ ਕੀ ਸਥਿਤੀ ਥੀ ਔਰਤੋਂ ਕੀ ਹਾਲਤ ਥੀ ਔਰ ਬੇਰੁਜ਼ਗਾਰੀ ਥੀ ਵਿਕਾਸ ਜੋ ਪਾਲਿਸੀ ਪ੍ਰਾਇਸਿਸ ਸੀ ਗੌਰਮੈਂਟ ਕੇ ਲੈਵਲ ਪੇ ਉਹ ਸਭੀ ਦਰੁਸਤ ਹੋ ਗਈ ਪਰ ਪਿਛਲੇ 4 ਸਾਲ ਮੇਂ ਦੇਖਾ ਇਹ ਗਿਆ ਹੈ ਕਿ ਆਰਥਿਕ ਵਿਕਾਸ ਕੀ ਕੋਈ ਗਤੀ ਪ੍ਰਦਾਨ ਨਹੀਂ ਹੋ ਸਕੀ। ਇੰਡੀਅਨ ਕਾਰਪੋਰੇਟ ਸੈਕਟਰ ਨੇ ਜਿਸਕੇ ਦਮ ਪੇ ਉਮੀਦ ਥੀ ਕਿ ਭਾਰਤ ਮੇਂ ਨਿਆ ਨਾ ਸਿਰਫ ਭਾਰਤੀ ਜੋ ਕਾਰਪੋਰੇਟ ਘਰਾਨੇ ਹੈ ਬਹੁਤ ਨਿਵੇਸ਼ ਕਰੇਗੇ ਬਲਕਿ ਵਿਦੇਸ਼ ਸੇ ਵੀ ਜੋ ਐਫ ਡੀ ਆਈ ਕੀ ਸ਼ਕਲ ਮੇਂ ਬਹੁਤ ਸੀ ਮੁਦਰਾ ਆਏਗੀ ਔਰ ਦੇਸ਼ ਕੋ ਵਿਕਾਸ ਹੈ ਜੋ ਦੇਸ਼ ਕੀ ਇੰਡਸਟਰੀ ਹੈ ਉਸਕੋ ਨਈ ਦਿਸ਼ਾ ਦੇਗੀ ਨਈ ਗਤੀ ਪ੍ਰਦਾਨ ਕਰੇਗੀ। ਤੋ ਪਰੰਤੂ ਜੋ ਭਾਜਪਾ ਕਾ ਏਜੰਡਾ ਥਾ ਜਿਸਪੇ ਜੋ ਹਿੰਦੂਤਵ ਕਾ ਏਜੰਡਾ ਥਾ ਜਿਸਕੇ ਅਧੀਨ ਬਹੁਤ ਸੇ ਭਾਜਪਾ ਖੁਦ ਚਾਹੇ ਉਸਮੇਂ ਉਸ ਰੂਪ ਮੇਂ ਸ਼ਾਮਿਲ ਨਹੀਂ ਹੈ ਪਰ ਜੋ ਉਨਕੀ ਤਰਫ ਇੱਕ ਨਰਮ ਰਵੱਈਆ ਰੱਖਾ ਗਿਆ ਜਿਸਕੋ ਫ੍ਰਿੰਜ ਐਲੀਮੈਂਟ ਬੋਲਤੇ ਹੈ ਜੈਸੇ ਵਿਸ਼ਵ ਹਿੰਦੂ ਪਰਿਸ਼ਦ ਹੈ ਬਜਰੰਗ ਦਲ ਹੈ ਸਨਾਤਨ ਸੰਸਥਾ ਹੈ ਐਸੀ ਸੰਸਥਾਏ ਜੋ ਹਿੰਦੂਤਵ ਕਾ ਪ੍ਰਚਾਰ ਕਰਤੀ ਹੈ ਔਰ ਭਾਰਤ ਕੋ ਇਹ ਭਗਵਾਂ ਰੰਗ ਮੇਂ ਰੰਗਨੇ ਕੀ ਜੋ ਲਗਾਤਾਰ ਜੋ ਕੋਸ਼ਿਸ਼ ਰਹੀ ਹੈ ਕਭੀ ਲਵ ਜਿਹਾਦ ਕੇ ਨਾਮ ਪਰ ਕਭੀ ਗੋਰਖਸ਼ਾ ਕੇ ਨਾਮ ਪਰ ਕਭੀ ਜੋ ਮੁਸਲਿਮ ਸੰਪਰਦਾਇ ਹੈ ਔਰ ਜੋ ਕ੍ਰਿਸਚਨ ਸੰਪਰਦਾਇ ਹੈ ਉਨਕੇ ਜੋ ਧਾਰਮਿਕ ਸਥਾਨੋ ਸਥਲੋਂ ਪੇ ਜੋ ਹਮਲੇ ਕੀਏ ਗਏ ਜੋ ਮੁਜ਼ੱਫਰਪੁਰ ਮੇਂ ਦੰਗੇ ਹੋਏ ਔਰ ਜੋ ਦੇਸ਼ ਮੇਂ ਜੋ ਇੱਕ ਵਾਤਾਵਰਨ ਰਹਾ ਜੋ ਧਰਮ ਉਨਮਾਦ ਕਾ ਔਰ ਧਰਮ ਕੇ ਨਾਮ ਪੇ ਰਾਜਨੀਤੀ ਕਾ ਉਸਕੇ ਕਾਰਨ ਜੋ ਕਾਰਪੋਰੇਟ ਸੈਕਟਰ ਥਾ ਵੋ ਝਿਜਕ ਗਿਆ ਕਿਉਂਕਿ ਕਾਰਪੋਰੇਟ ਸੈਕਟਰ ਕੋ ਚਾਹੀਏ ਸ਼ਾਂਤੀਪੂਰਨ ਭਾਰਤ ਕਰਫਿਊ ਵਾਲਾ ਭਾਰਤ ਨਹੀਂ ਚਾਹੀਏ ਉਨਕੋ ਅਸ਼ਾਂਤ ਭਾਰਤ ਨਹੀਂ ਚਾਹੀਏ ਤੋ ਉਹਨੇ ਨਾ ਸਿਰਫ ਭਾਰਤ ਮੇਂ ਨਿਵੇਸ਼ ਹੀ ਨਹੀਂ ਕੀਆ ਬਲਕਿ ਵਿਦੇਸ਼ੋ ਮੇਂ ਉਹਨੇ ਪੂੰਜੀ ਲਗਾਈ ਆਸਟ੍ਰੇਲੀਆ ਮੇਂ ਅਡਾਨੀ ਨੇ ਆਸਟ੍ਰੇਲੀਆ ਮੇਂ 1000 ਕਰੋੜ ਇਨਵੈਸਟ ਕੀਆ ਪਰ ਭਾਰਤ ਮੇਂ ਜੋ ਨਈ ਆਰਥਿਕਤਾ ਮੇਂ ਜੋ ਇੱਕ ਨਯਾ ਉਲਾਸ ਆਨੇ ਵਾਲਾ ਥਾ ਇੱਕ ਨਯਾ ਉਤਸਾਹ ਆਨੇ ਵਾਲਾ ਥਾ ਵੋ ਮੁਕੰਮਲ ਗਾਇਬ ਰਹਾ ਸਭ ਕੀ ਸਾਥ ਸਭ ਕਾ ਵਿਕਾਸ ਵਾਲੀ ਬਾਤ ਬਿਲਕੁਲ ਬਿਲਕੁਲ ਨਾਕਾਮ ਸਾਬਤ ਹੋਈ ਹੈ।